ਆਪਕ ਦੀ ਪੀਨੇ ਆ ਗਹਿਰਾ ਵਿੱਚ ਤੂੰ ਵਸਨਾ ਤੇਰੀ ਆਸ ਤੇ ਅਸੀਂ ਜੀਨੇ ਆ ਅੱਜ ਅਸਲਾਮੁਅਲੈਕਮ ਜੀ ਵੈਲਕਮ ਬੈਕ ਟੂ ਅ ਬ੍ਰੈਂਡ ਨਿਊ ਵਲੌਗ ਲਓ ਜੀ ਆਪਣੀ ਜੜਾ ਜੈਕੂ ਆ ਨਾ ਆਪਣਾ ਇਹਦੀ ਨਾਲ ਦੀ ਹਾਨਣ ਵੀ ਆ ਗਈ ਆ ਆ ਵੇਖੋ ਜੀ ਆ ਵੇਖੋ ਐ ਵੇਖੋ ਜੀ ਆਏ ਹਾਏ 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 ਜੈਕੂ ਜੈਕੂ ਉਧਰ ਨੂੰ ਜਾਂਦਾ ਹੀ ਨਹੀਂ ਗਾ ਜੈਕੂ ਆ ਉਹ ਜੈਕੂ 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 ਜਾਂਦਾ ਹੀ ਨਹੀਂ ਉਧਰ ਨੂੰ ਹੈ ਮਾਂ ਜੀ ਅਮਾ ਜੀ ਹਾਂ ਜੀ ਜੈਕੂ ਜਾਂਦਾ ਹੀ ਨਹੀਂ ਉਧਰ ਨੂੰ मां जी दी आज सुबह-सुबह ਕਪੜੇ ਧੋ ਰਹੇ ਨੇ ਤੇਰਾ ਖੜਿਆ ਜਾਂਦਾ ਨਹੀਂ ਉਹ ਵੱਡੀ ਵੀ ਡਰਦਾ ਨਹੀਂ ਜਾਂਦੇ ਡਰਦਾ ਨਹੀਂ ਜਾ ਰਿਹਾ ਉਹ ਵੱਡੀ ਆ ਜੀ ਤੇ मां जी आज सुबह-ਸਵੇਰ ਧੋ ਰਹੇ ਨੇ ਕਪੜੇ ਤੇ ਮੈਂ ਜੀ ਸਵੇਰ ਨੂੰ ਕੱਢਿਆ ਨਹੀਂ ਜਾਂਦੇ ਪਤਾ ਨਹੀਂ ਉਹ ਵੱਡੀ ਆ ਨਾ ਡਰਦਾ ਉਹਦੇ ਕੋਲ ਆਪਾਂ ਜੀ ਸਵੇਰ-ਸਵੇਰ ਖਾਤਸ਼ਤ ਕਰਾ ਆਂ ਤੇ ਜੁਮੇਰਾ ਦੇਣਾ ਮਾਸ਼ਾਅੱਲਾ ਉਹ ਜਿਹੜਾ ਕਪੜੇ-ਛਪੜੇ ਇਸਤਰੀ ਕਰਦੇ ਆ ਫਿਰ ਉਸ ਬਾਅਦ ਇਸਤਰੀ-ਉਸਤਰੀ ਕਰਕੇ ਪਾ ਕੇ ਸੱਨੇ ਕੋ ਯਾਰ ਤੁਸੀਂ ਵੀ ਸਾਡੇ ਕਪੜੇ ਕਿ ਇਸਤਰੀ ਕਰਨੇ ਆ ਬਿਜਲੀ ਕੋਨੇ ਦੀ ਆਏ 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 ਮੈਂ ਨਾਲੇ ਸ਼ਾਰਟ ਵੀਡੀਓ ਬਣਾਉਣੀ ਸੀ ਉਹ ਵੀ ਕਿੱਥੋਂ ਬਣਾਉਣੀ ਹੁਣ ਬਿਜਲੀ ਤੇ ਆ ਕੋ ਨਹੀਂ ਜੀ ਤੇ ਖੈਰ ਹੁਣ ਵੇਨੇ ਬਿਜਲੀ ਦਾ ਇੰਤਜ਼ਾਰ ਕਰਦੇ ਬਿਜਲੀ ਆਉਂਦੀ ਤਾਂ ਫਿਰ ਇਨਸ਼ਾਅੱਲਾ ਕੱਪੜੇ ਛਪੜੇ ਇਸਤਰੀ ਕਰਕੇ ਓਹੋ ਨਸੀਬ ਚੈੱਕ ਕਰ ਰਿਸੀਵ ਆਏ 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 ਬਿਜਲੀ ਆ ਗਈ ਆ ਫਰਸ਼ਦ ਮੈਂ ਯਾਰ ਕੱਪੜੇ ਛਪੜੇ ਇਸਤਰੀ ਕਰਨਾ ਕੱਢਦੇ ਆ ਕੱਪੜੇ ਕੱਢ ਕੇ ਤੇ ਆਪਾਂ ਯਾਰ ਕੱਪੜੇ ਪਾ ਕੇ ਇਸਤਰੀ ਕਰਕੇ ਤੇ ਫਿਰ ਨਿਕਲਦੇ ਆ ਯਾਰ ਕਿਹੜੇ ਪਈਏ ਕੱਪੜੇ ਐ ਹੀ ਆਏ ਓਹੋ ਓਏ 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 ਆ ਕੱਪੜੇ ਮਾਰਦੇ ਆ ਇਸਤਰੀ ਤੇ ਫਿਰ ਆਪਾਂ ਪਾ ਕੇ ਤੇ ਜੁਮੇ ਤੇ ਆਏ 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 ਚਲੋ ਜੀ ਕੱਪੜੇ ਹੋ ਗਏ ਆ ਇਸਤਰੀ ਅਬ ਜੀ ਆਪਣੀ ਵੀਡੀਓ ਸ਼ੂਟਿ ਬਣਾਤੇ ਆ ਇਹ ਹੈ ਜੀ ਆਪਣਾ ਸਟੂਡੀਓ ਜਿਵੇਂ ਕਿ ਆਪਕੋ ਪਤਾ ਹੈ ਕਿ ਆਪ ਮੇਰੇ ਸ਼ਾਰਟਸ ਮੇਂ ਦੇਖਤੇ ਹੋਗੇ ਇਹ ਪਿਛੇ ਕਾਲਾ ਜੋ ਪਰਦਾ ਹੈ ਇਹ ਲਗਾ ਹੁੰਦਾ ਹੈ ਇਹ ਕਾਲਾ ਪਰਦਾ ਇੱਥੇ ਰੱਖ ਕੇ ਆਪਾਂ ਸਟੈਂਡ ਤੇ ਇਹ ਆਪਿਆ ਸਟੈਂਡ ਇਹ ਆਪਾਂ ਇੱਧਰ ਰੱਖ ਕੇ ਵੀਡੀਓ ਬਣਾਈਂਦੀ ਹਾਂ ਉਸਤਾਦ ਜੀ ਪੂਰੇ ਮਾਹੌਲ ਦੇ ਨਾਲ ਤੁਸੀਂ ਕਿ ਮੇਰਾ ਇੱਕ ਚੈਨਲ ਵਾ ਮਿਸਟਰ ਟੋਮਸ ਵਲੌਗਸ ਮਿਸਟਰ ਟੋਮਸ ਦੇ ਨਾਮ ਤੋਂ ਇਸੇ ਨਾਮ ਤੋਂ ਮਿਸਟਰ ਟੋਮਸ ਵਲੌਗਸ ਮੇਰਾ ਆਇਆ ਵਾ ਇੱਕ ਮੇਰਾ ਚੈਨਲ ਸੀ ਪਹਿਲੇ ਮੈਂ ਆਪਣਾ ਨਾਂ ਸਾ ਪਿੱਛੇ ਕਾਲਾ ਪੜਦਾ ਇਸ ਵਾਸਤੇ ਲਾਇਆ ਵਾ ਕਿ ਮਿਸਟਰ ਟੋਮਸ ਦੇ ਨਾਮ ਤੇ ਮੇਰਾ ਚੈਨਲ ਸੀ ਟੈਕ ਦਾ ਪਤਾ ਨਹੀਂ ਹੁਣ YouTube ਤੇ ਸਰਚ ਕਰਨ ਨਾਲ ਉਹ ਆਵੇ ਵੀ ਜਾਂ ਨਾ ਆਵੇ ਮੈਨੂੰ ਨਹੀਂ ਪਤਾ ਕਿਉਂਕਿ ਹੁਣ ਉੱਤੇ ਮੈਂ ਰੈਗੂਲਰ ਨਹੀਂ ਹੈਗਾ ਨਾ ਹੀ ਮੈਂ ਉੱਤੇ ਵੀਡੀਓ ਹੁਣ ਬਣਾਉਂਦਾ ਵਾਂ ਤੇ ਆਪਣਾ ਹੁਣ ਇਹੋ ਚੈਨਲ ਵਾ ਮਿਸਟਰ ਟੋਮਸ ਵਲੌਗਸ ਨਾਮ ਤੇ ਇਹਨੂੰ ਸਬਸਕ੍ਰਾਈਬ ਵਗੈਰਾ ਮਾਰ ਦਿਓ ਬੈਲ ਆਈਕਨ ਦਬਲੋ ਤਾਂ ਕਿ ਆਪਣਾ ਨਵਾਂ ਵਲੌਗ ਤੁਹਾਡੇ ਤੱਕ ਸਭ ਕਪੜੇ ਛਪੜੇ ਪ੍ਰੈਸ ਕਰ ਲਏ ਨੇ ਜੁਮੇ ਲਈ ਤਿਆਰੀ ਕਰਦੇ ਆਉਣ ਫਿਰ ਹਾਲ ਦੇ ਇੱਕ ਸ਼ਾਰਟ ਬਣਣੀ ਹੈ ਸ਼ਾਰਟ ਬਣਾ ਕੇ ਐਡਿਟ ਕਰਕੇ ਅਪਲੋਡ ਕਰਕੇ ਫਿਰ ਆਪਾਂ ਨਿਕਲਦੇ ਆ ਜੁਮਾ ਪੜਨ ਲਈ ਉਸ ਤੋਂ ਬਾਅਦ ਅਸੀਂ ਤੁਹਾਨੂੰ ਮਿਲਾਂਗੇ ਜੁਮੇਦ ਮਸਜਿਦ ਦੇ ਵਿੱਚ ਜਾ ਕੇ ਆਏ 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 ਮੁਰਸ਼ਿਦ ਵੀਰ ਤੁਹਾਡਾ ਤਿਆਰ ਹੋ ਗਿਆ ਕਪੜੇ ਛਪੜੇ ਪਾ ਲਏ ਨੇ ਇਸਤਰੀ-ਉਸਤਰੀ ਕਰਕੇ ਹੁਣ ਯਾਰ ਇਹਦਾ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਕ ਹੀ ਹੋਇਆ ਵਾ ਯਾਰ ਇਹਦੇ ਥੋੜਾ ਜਿਹਾ ਛੱਟ ਲੱਗ ਗਈ ਹੈ ਪਤਾ ਨਹੀਂ ਆ ਉੱਤੋਂ ਮਿਲਦਾ ਪੋਟਾ ਸਾਰਾ ਜਿਹੜਾ ਨਾ ਘੜੀ ਹੋ ਗਿਆ ਵਾ ਤੇ ਬਾਕੀ ਜਿਹੜਾ ਮਾਸ਼ਾਅੱਲਾ ਤੁਹਾਡਾ ਵੀਰ ਹੋ ਗਿਆ ਤਿਆਰ ਸ਼ ਬਾਕੀ ਇਹ ਚੈੱਕ ਕਰੋ ਜਰਾ ਅਜ ਤੁਹਾਡੇ ਵੀਰ ਨੇ ਪਸ਼ੋ ਵੀ ਲਾਈ ਜੇ ਸੁੰਗੋ ਜਰਾ ਪਸ਼ੋ ਸੁੰਗੋ ਐ ਐ हे भगवान ਇਹ ਕੀ ਹੋ ਰਿਹਾ ਹੈ ਪਸ਼ੋ ਆਈ ਕਿ ਨਹੀਂ ਆਈ ਪਸ਼ੋ ਆ ਗਈ ਸਤ ਜੀ ਹੁਣ ਆਪਾਂ ਚੱਲਦੇ ਆ ਜੀ ਜੁਮੇ ਦੀ ਜੁਮੇ ਪੜਨ ਮਾਸ਼ਾ ਅੱਲਾ ਫੇਰ ਆਪਾਂ ਜੁਮੇ ਦੀ ਨਮਾਜ਼ ਪੜ ਕੇ ਫੇਰ ਹੀ ਤੁਹਾਨੂੰ ਹੁਣ ਮਿਲਾਂਗੇ ਆਪਾਂ ਬਸ ਨਿਕਲਣ ਲੱਗੇ ਆ ਜੀ ਜੁਮਾ ਪੜਨ ਵਾਸਤੇ ਮਾਂ ਜੀ ਹੋਰ ਅਨੇ ਵੀ ਕੁਰਾਨ ਪਾਕ ਪੜ ਲਿਆ ਆ ਬਾਦ ਮਾਸ਼ਾ ਅੱਲਾ ਪੜ ਲਈ ਆ ਮਾਸ਼ਾ ਅੱਲਾ ਹੁਣ ਆਪਾਂ ਵੀ ਨਿਕਲਣ ਲੱਗੇ ਆ ਜੀ ਆਪਾਂ ਵੀ ਨਮਾਜ਼ ਪੜੀਏ जुम्मा यार जुम्मा तो माशा पढ़ना ही चाहिए वा नमाज जड़ी है ना, नमाज की पाबंदी करनी चाहिए खास तौर पर मुसलमान वास्ते तो नमाज फर्ज वा मुसलमान मु, नमाज पढ़िया करो भावो माशा सानू भी दबाव याद रखा जे अल्लाह परक्की दे अपने वीर भी सभी ਹਾਂਜੀ ਮਾਸ਼ਾਅੱਲਾ ਆਪਾਂ ਆ ਗਏ ਹਾਂ ਨਮਾਜ਼ ਪੜ੍ਹ ਕੇ ਜੁਮੇ ਦੀ ਤੇ ਹੁਣ ਆਪਾਂ ਨੂੰ ਯਾਰ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਉੱਤੋਂ ਮੌਸਮ ਵੀ ਅੱਜ ਮੈਨੂੰ ਲੱਗਦਾ بارش ਦਾ ਬਣਨ ਡਿਆ ਵਾ ਚੈੱਕ ਕਰੋ ਜ਼ਰਾ ਮੌਸਮ ਬੱਦਲ ਛੱਦਲ ਹੋਏ ਨੇ ਇਧਰ ਮਾਂ ਜੀ ਨੇ ਪਕਾਤੀ ਰੋਟੀ ਮਾਸ਼ਾਅੱਲਾ ਜੀ ਜੜਾ ਪੂਰਾ ਮਾਹੌਲ ਆ ਸਾ ਗਿਆ ਨਾਲ ਆਪਣੀ ਜੜਾ ਨਾ ਖੀਰ ਆ ਗਜਰੇਲਾ ਪਾਣੀ ਆ ਨਾਲ ਆਪਾਂ ਖਾ ਲਈਏ ਰੋਟੀ ਉਸ ਬਾਅਦ ਅੱਜ ਨਿਕਲਾਂਗੇ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਨਜ਼ਾਰੇ ਲਾਾਂਗੇ ਅੱਜ ਹੀ ਮੈਨੂੰ ਗਰਾਊਂਡ ਦਾ ਜਿੱਤਾ ਆਉਣਾ ਸੀ ਤੇ ਅੱਜ ਹੀ ਉਂਗਲ ਖਰਾਬ ਹੋਣੀ ਸੀ ਯਾਰ ਇਹ ਵੀ ਨਾ ਆਜ਼ਾਬ ਹੀ ਹੋ ਗਿਆ ਵਾ ਅੰਦਰ ਵੀ ਵੇਖ ਲਓ ਯਾਰ ਜ਼ਰਾ ਕਿ ਜਿੰਨਾ ਵੀ ਇਨਸਾਨ ਨੂੰ ਦੁੱਖ ਆਵੇ ਨਾ ਤੇ ਉਹ ਜ਼ਰਾ ਕਿ ਜਿੰਨਾ ਹੀ ਨੱਕ ਤੇ ਲੜ ਜਾਂਦਾ ਵਾ ਹੁਣ ਆ ਇੰਨਾ ਕਿ ਮੈਨੂੰ ਦੁੱਖ ਆਇਆ ਵਾ ਹਾਲਾਂਕਿ ਇੰਨਾ ਕਿ ਹੈ ਨਹੀਂਗਾ ਹੈ ਜ਼ਿਆਦਾ ਲੇਕਿਨ ਫਿਰ ਵੀ ਇਹ ਕਜੀਬ ਜੀ ਕਾਫੀਅਤ ਜੀ ਹੋ ਰਹੀ ਹੈ ਮਤਲਬ ਨਾ ਇਨਸਾਨ ਤੰਦਰੁਸਤ ਰਵੇ ਤੇ ਚੰਗਾ ਵਾ ਅੱਲਾਹ ਪਾਕ ਸਾਰਿਆਂ ਨੂੰ ਤੰਦਰੁਸਤੀ ਦੇਵੇ ਅੱਜ ਜੀ ਆਪਾਂ ਗਰਾਊਂਡ ਦਾ ਵੀ ਚੱਕਰ ਲਾਵਾਂਗੇ ਉੱਥੋਂ ਦਾ ਵੀ ਤੁਹਾਨੂੰ ਮਾਹੌਲ ਸ਼ੋਅ ਖਾਵਾਂਗੇ ਸਾਡੇ ਮਾਸ਼ਾਅੱਲਾ ਅੱਜਕਲ ਵਾਲੀਬਾਲ ਦੀ ਗੇਮ ਬੜੀ ਉਰਜ ਤੇ ਹੋ ਰਹੀ ਹੈ ਬੜੇ ਤਕੜੇ ਪਲੇਅਰ ਨੇ ਸਾਡੀ ਟੀਮ ਦੇ ਤੇ ਆਪਸ ਯਾਰ ਦੋ ਟੀਮਾਂ ਬਣ ਕੇ ਤੇ ਆਪਸ ਖੇਲ ਖੁਲਾਈਦਾ ਤੁਹਾਨੂੰ ਚੱਲ ਕੇ ਨਾ ਅੱਜ ਪੂਰਾ ਸੀਨ ਵਿਖਾਵਾਂਗੇ ਤੇ ਦੂਸਰਾ ਜ ਮਾਹੌਲ ਬੜਾ ਪਿਆਰਾ ਬਣਿਆ ਵਾ ਯਾਰ ਬਾਰਸ਼ ਜਿਵੇਂ ਫੈਸਲਾਬਾਦਲ ਹੋਈ ਹੈ ਨਾ ਪਾਕਿਸਤਾਨ ਚ ਫੈਸਲਾਬਾਦਲ ਬੜੀ ਬਾਰਸ਼ ਹੋਈ ਰਾਤੀ ਸੁਣਿਆ ਦੋ ਤਿੰਨ ਦਿਨ ਹੋ ਗਏ ਉਹ ਵਕਾਰ ਪਿੰਡਰ ਦਾ ਵਲੌਗ ਵੀ ਵੇਖਣ ਦਾ ਸਭ ਵਿਚਾਰਾ ਇੰਨਾ ਪਾਣੀ ਕੱਢ ਰਿਹਾ ਮਾਲ ਦੇ ਵਿੱਚ ਉਹ ਤੇ ਵਿਚਾਰਾ ਰੋਲ ਗਿਆ ਜਿ ਹਾਲਾਂਕਿ ਸਟਾਰ ਬੰਦਾ ਵਾ ਤੇ ਉਹ ਫੇਰ ਵੀ ਇੰਨਾ ਕੰਮ ਕਰ ਰਿਹਾ ਸੀ ਤੇ ਇੰਨੀ ਬਾਰਸ਼ ਯਾਰ ਸਾਡੇ ਹਾਲਾਂ ਆਵੇ ਸਾਡੇ ਤੇ ਦਰ ਫਸਲਾਂ ਫੁੱਸਲਾਂ ਫਸਲਾਂ ਤਾਂ ਖੈਰ ਉਧਰ ਵੀ ਨਾ ਲੇਕਿਨ ਸਾਡੇ ਇਧਰ ਜ਼ਿਆਦਾ ਆਜ਼ਾਬ ਹੁੰਦਾ ਵਾ ਹਰ ਲੇਕਿਨ ਅੱਲਾਹ ਪਾਕ ਨੂੰ ਬਿਹਤਰ ਪਤਾ ਕੀ ਕਰਨਾ ਕੀ ਨਹੀਂ ਖੈਰ ਆਪਾਂ ਅੱਜ ਖਾਣੇ ਆ ਆਪਣੀ ਰੋਟੀ ਠੰਡੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਆਪਾਂ ਨਿਕਲਾਂਗੇ ਗਰਾਊਂਡ ਦੀ ਤਰਫ ਤੇ ਤੁਹਾਨੂੰ ਉੱਥੇ ਜਾ ਕੇ ਮਿਲਾਂਗੇ ਫਿਲਹਾਲ ਰੋਟੀ ਖਾ ਲਈਏ ਅੱਜ ਮਾਸ਼ਾਅੱਲਾ ਗਰਾਊਂਡ ਦੇ ਵਿੱਚ ਤੇ ਮੈਂ ਆ ਗਿਆ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਪਿੱਛੇ ਗਰਾ ਗੇਮ ਕਰਨੀ ਹੈ ਅੱਜ ਥੋੜੀ ਜਿਹੀ ਨਾ ਮੌਸਮ ਦੀ ਗੱਲ ਤਾਂ ਨਾ ਮੌਸਮ ਥੋੜਾ ਜਿਹਾ ਬੱਦਲ ਬੱਦਲ ਹੋਏ ਨੇ ਤੇ ਮੌਸਮ ਵੀ ਥੋੜਾ ਜਿਹਾ ਬਾਰਸ਼ਾਲਾ ਹੋਇਆ ਪਿਆ ਜਿਹਦੀ ਵਜ੍ਹਾ ਤੋਂ ਹਲੇ ਲੜਕੇ ਨਹੀਂ ਆਏ ਤੇ ਅੱਗੇ ਇਸ ਟਾਈਮ ਦਾ ਅਸਰ ਤੋਂ ਬਾਅਦ ਲੜਕੇ ਆ ਜਾਂਦੇ ਨੇ ਹੁਣੇ ਥੋੜੀ ਦੇਰ ਤੱਕ ਲੜਕੇ ਆ ਜਾਣਗੇ ਫਿਰ ਆਪਾਂ ਇਨਸ਼ਾਅੱਲਾ ਤੁਹਾਨੂੰ ਗੇਮ ਹੀ ਦਿਖਾਵਾਂਗੇ ਅੱਜ ਵਾਲੀਬਾਲ ਦੀ ਆਪਣੀ ਪਿੰਡ ਦੇ ਮਾਸ਼ਾਅੱਲਾ ਸਾਡੇ ਤਗੜੀ ਟੀਮ ਹੈ ਵਾਲੀਬਾਲ ਦੀ ਜਿਹੜੀ ਹੈ ਨਾ ਇਹ ਸਾਡਾ ਗਰਾਊਂਡ ਆ ਇਹ ਸਕੂਲ ਹੀ ਆ ਲੜਕੀਆਂ ਦਾ ਬੁਆਏਜ਼ ਆ ਤੇ ਉੱਥੇ ਹੀ ਸਾਡਾ ਗਰਾਊਂਡ ਬਣਿਆ ਵਿੱਚ ਵਾਲੀਬਾਲ ਦਾ ਛੁੱਟੀ ਹ ਵਾਜਨ ਨੇ ਖੇਡਣ ਤੇ ਵੱਡੇ ਲੜਕੇ ਨੇ ਉਹ ਵੀ ਵਾਲੀਬॉल ਖੇਡਦੇ ਨੇ ਇੱਥੇ ਮਾਸ਼ਾਅੱਲਾ ਆ ਸਾਡੇ ਕ੍ਰਿਕਟ ਵਾਲੇ ਵੀ ਨੌਜਵਾਨ ਖੜੇ ਨੇ ਇਹ ਬਸ ਚੰਦੇ ਇੱਕ ਦੋ ਚਾਰ ਮੁੰਡੇ ਨੇ ਬਸ ਉਹ ਹੀ ਖੇਡਦੇ ਨੇ ਹੱਸ ਰਿਆ ਹੈ ਉਹ ਵੇਖੋ ਬੈਠ ਹਲਾ ਰਿਹਾ ਵਾ ਇਹ ਹਾਂ ਸਾਡਿਆ ਸੀ ਵੇਖ ਕੇ ਮੇਰੇ ਨਾਲ ਮੈਂ ਵਲੌਗ ਨਾ ਆ ਰਿਹਾ ਨਾ ਸਾਡੇ ਇੱਥੇ ਇੰਨਾ ਨਹੀਂ ਨਾ ਹੈ ਵਲੌਗ ਦਾ ਮਤਲਬ ਮੈਂ ਤਕਰੀਬਨ ਪਿੰਡ ਦੇ ਵਿੱਚੋਂ ਇੱਕ ਮੈਂ ਹੀ ਇਕੱਲਾ ਜਿਹੜਾ ਵਲੌਗ ਬਣਾਉਣਾ ਮੈਂ ਤੇ ਆਵਾਮ ਵੇਖ ਕੇ ਮੇਰੇ ਨਾਲ ਹੱਸਦੀ ਆ ਪੀ ਪਤਾ ਨਹੀਂ ਇਹ ਕਿਹੜਾ ਅਨੋਖਾ ਕੰਮ ਕਰ ਰਿਹਾ ਵਾ ਖੈਰ ਛੱਡੋ ਇਹਨਾਂ ਨੂੰ ਆਪਾਂ ਆਪਾਂ ਹੁਣ ਤੁਹਾਨੂੰ ਦਿਖਾਣਾ ਥੋੜੀ ਦੇਰ ਤੱਕ ਆਪਣਾ ਹਾਂਜੀ ਮਾਸ਼ਾਅੱਲਾ ਜੀ ਆਪਾਂ ਆ ਗਏ ਘਰ ਯਾਰ ਮੈਂ ਸ਼ੂਟ ਤੁਸੀਂ ਸੋਚਿਆ ਹੋਏਗਾ ਕਿ ਯਾਰ ਇਹ ਤੇ ਹੁਣੇ ਤੇ ਉੱਥੇ ਸੀ ਤੇ ਘਰ ਕਿਵੇਂ ਆ ਗਿਆ ਵਾ ਯਾਰ ਮੈਂ ਉੱਥੇ ਬੈਠਾ ਰਿਹਾ ਲੇਕਿਨ ਉੱਥੇ ਕੋਈ ਲੜਕਾ ਆਇਆ ਹੀ ਨਹੀਂ

ਦੰਗ ਬਤਾਵਾ ਜਾ ਕੀ ਆ ਹਾਂਜੀ ਪਾਜੀ ਥੱਕੇ ਟੁੱਟੇ ਪਏ ਸਾਰੀ ਦਿਹਾੜੀ ਕਦੀ ਪੱਠੇ ਪਾ ਕਦੀ ਕੁੱਤੀ ਮੋੜ ਕਦੀ ਬਿੱਲੀ ਮੋੜ ਕਦੀ ਡੰਗਰ ਨੂੰ ਫਨ ਕੁੱਤੀ ਇੱਕ ਤਾਂ ਵੀ ਲੈ ਆਂਦੀ ਜੋ ਪਾਈ ਜਾਨ ਕੁੱਤੀ ਲਿਆਂਦੀ ਆ ਆਬੂ ਜੀ ਹੋਰਾਂ ਨੇ ਇੱਕ ਨਵੀਂ ਤੇ ਉਹਦੇ ਬਾਰੇ ਵੀ ਥੋੜਾ ਡਿਟੇਲ ਲੈਣੇ ਆ ਕਿੱਥੋਂ ਮਗਾਈ ਐ ਤੇ ਜਿਹੜਾ ਨਾ ਬੜੀਆਂ ਸਵਾਰਸ਼ਾ ਨਾ ਮਗਾਈ ਐ ਚੋਰ ਸਾਹਿਬ ਉਹ ਭਾਈਆ ਫੂਸਲਾਬਾਦੋਂ ਮਗਾਈ ਅਲਸਾ ਹਾਂ ਕਿਦੇ ਮਾਸੇ ਮੰਗਾਈ ਲੋ ਚਿੱਟੀ ਕੁੱਤੀ ਹੈ ਤੇ ਤੇਰੇ ਮਾਮੇ ਕੀਤੇ ਮੰਗਾਈਏ ਤੇ ਇਹ ਗੁਲਟਰੀ ਅੱਛਾ ਤੇ ਫੂਸਲਾਬਾਦ ਦੁਲਾਇਆ ਆ ਜਾਂ ਬੰਦਾ ਇੱਕ ਤੇ ਉਹ ਦੇ ਗਿਆ ਮੈਨੂੰ ਨਹੀਂ ਹੁਣ ਚਾਹ ਦੇ ਬਾਰੇ ਥੋੜਾ ਦੱਸੋ ਨਾ ਅਕੇ ਚਾਹ ਪੱਕਦੀ ਪੀਮ ਚਾਹ ਪੱਕਦੀ ਪੀਨੇ ਆ ਗਹਿਰ ਵਿੱਚ ਤੂੰ ਵਸਨਾਓ ਤੇਰੀ ਆਸ ਤੇ ਅਸੀਂ ਜੀਨੇ ਆ ਆ ਜੀ ਆ ਜੀ ਇਹ ਮਾਮੇ ਵਾਸਤੇ ਸ਼ੇਰ ਆ ਇਹ ਤੇ ਮਾਮੇ ਵਾਸਤੇ ਸਪੈਸ਼ਲ ਵਾਹ ਜੀ ਵਾਹ ਕੀ ਬਾਤ ਹੈ ਬਸਲੀ ਤੇਰੇ ਮਾਮੇ ਵਾਸਤੇ ਘੱਟਿਆ ਹੋਇਆ ਸ਼ੇਰ ਤੇ ਚੋਰ ਸਾਹਿਬ ਅੱਗੇ ਤੇ ਐਸਟਨ ਸੁਚਾ ਨਹੀਂ ਜੋ ਪਕਉਂਦੇ ਤੇ ਅੱਜ ਜੜਾ ਵਾ ਉਹਨੇ ਆਖਿਆ ਆਈਆਂ ਬਾਹਰ ਆ ਤੇਰਾ ਕਿਨੂਆ ਦੇ ਲਾਲ ਹੋ ਗਏ ਤੇਰੇ ਪਿੱਛੂ ਢੋਲਾ ਹੋਏ ਸਾਡੇ ਵਸਦੇ ਅਨਾ ਤੇਰੇ ਪਿੱਛੂ ਢੋਲਾ ਹੋਏ ਸਾਡੇ ਜੀਵਨ ਮਹਾਲ ਹੋ ਗਏ ਆ ਜੀ ਚੌਰੀ ਅੜ ਜਾਂਦਾ ਸ਼ੇਰ ਦੇ ਵਿੱਚ ਲੇਕਿਨ ਜੜਾ ਨਾ ਕੱਢ ਤਸ ਦਿੰਦਾ ਚੌਰੀ ਹੁਣ ਦੁਬਾਰਾ ਇੱਕ ਵਾਰੀ ਸੋ ਬਾਉ ਪਤਾ ਵਾਜੇ ਕੇ ਹਾਂਜੀ ਮੈਂ ਦਸਤੀ ਤਿਆਰ ਕਰੇਨਾ ਹਾਂ ਆਪਣੀ ਲਿਖਾਈ ਲਿਖਾਈ ਆਪਣੀ ਲਗਾਈ ਦਾ ਤੇ ਆਪ ਆਪਣਾ ਯਾਦ ਕੀਤਾ ਹੋਇਆ ਦਸਤੀ ਤਿਆਰ ਕਰੇਨਾ ਮੈਂ ਕਹਿੰਦਾ ਗਾਇਆ ਕਦਾ ਨਹੀਂ ਗਾਇਆ ਹਾਂਜੀ ਕਿਸੇ ਪਾਰੂ ਮੈਂ ਮਤਲਬ ਇਹ ਥੋੜਾ ਬਹੁ ਬਰੇਕਾ ਤੇ ਪੈਰ ਰੱਖਣਾ ਐਸਾ ਚਲ ਚਾਹ ਦੇ ਬਾਰੇ ਤਾਂ ਦੱਸੋ ਨਾ ਚਾਹ ਭਾਈ ਅਗੂਠਾ ਜ਼ਰੂਰ ਲਿਬਿਆ ਐ ਚਾਹ ਤਾਂ ਦੱਸੋ ਇਹ ਜਿਹੜੀ ਚਾਹ ਹੈ ਨਾ ਭਾਈ ਸਾਰੀ ਦਿਹਾੜੀ ਦੇ ਥੱਕੇ ਹੋਏ ਆਂ ਆਡੀਆਂ ਗਰਮ ਹੋ ਵੈਸਣ ਸਕੂਨ ਨੀਂਦ ਆਵੇ ਸੀ ਤੇ ਸਕੂਨ ਆ ਸੰਪੋਸਾਂ ਹਾਂ ਬਿਲਕੁਲ ਜੀ ਠੀਕ ਹੈ ਜੀ ਖੈਰ ਜੀ ਆਪਾਂ ਐਸੇ ਦੇ ਨਾਲ ਅੱਜ ਦਾ ਕਰਦਿਆਂ ਵਲੌਗ ਇੱਥੇ ਹੀ ਐਂਡ ਚੈਨਲ ਨੂੰ ਮਾਰੋ ਸਬਸਕ੍ਰਾਈਬ ਸਾਰੇ ਵੀਰ ਰਲ ਕੇ ਜਰਾ YouTube ਵਾਲਾ ਨੂੰ ਪਤਾ ਲੱਗਣਾ ਚਾਹੀਦਾ ਵੀ ਸਬਸਕ੍ਰਾਈਬ ਆਏ ਨੇ ਤੇ ਬੈਲ ਆਈਕਨ ਦਬ ਲਵੋ ਤੇ ਨਾਲ ਹੀ ਜਿਹੜਾ ਨਾ ਆਪਾਂ ਅੱਜ ਤੇ ਵਲੌਗ ਤੁਹਾਨੂੰ ਤੁਹਾਡੇ ਕੋਲੋਂ ਮੰਗਦੇ ਆ ਆਜ਼ਾਦਤਾ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤਬ ਤੱਕ ਅੱਲਾ ਹਾਫਿਜ਼